ਸਤਿ ਸ਼੍ਰੀ ਅਕਾਲ ਜੀ, ਸਾਡੇ ਚੈਨਲ 'ਤੇ ਤੁਹਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਕੀਤਾ ਜਾਂਦਾ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਕੁਝ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਗੱਲ ਕਰਦਾ ਜੀ ਪੰਜਾਬੀ ਸਿੰਗਰ ਅੰਮ੍ਰਿਤ ਮਾਨ ਦੀ, ਤਾਂ ਉਹਨਾਂ ਦੀ ਨਿਊ EP ਅਨਾਊਂਸ ਕੀਤੀ ਗਈ ਹੈ। EP ਦਾ ਨਾਂ ਹੈ ਇਲਾਈਟ। ਇਸ EP ਦੀ ਐਗਜੈਕਟ ਡੇਟ ਤਾਂ ਨਹੀਂ ਦੱਸੀ ਗਈ, ਬਟ ਇਹ EP ਸਾਨੂੰ ਜਨਵਰੀ ਮਹੀਨੇ ਦੇ ਐਂਡ ਤੱਕ ਦੇਖਣ ਨੂੰ ਮਿਲ ਸਕਦੀ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਪੰਜਾਬੀ ਸਿੰਗਰ ਗੁਲਾਬ ਸਿੱਧੂ ਦੀ, ਤਾਂ ਉਹਨਾਂ ਦੇ ਨਵੇਂ ਗਾਣੇ ਦਾ ਪੋਸਟਰ ਸ਼ੇਅਰ ਕੀਤਾ ਗਿਆ ਸੀ, ਮੁੜਾਂਗੇ ਪੰਜਾਬ। ਅੱਜ ਉਸ ਗਾਣੇ ਦਾ ਟੀਜ਼ਰ ਆ ਚੁੱਕਾ ਹੈ। ਗਾਣੇ ਦਾ ਟੀਜ਼ਰ ਗਲੀ ਗੈਂਗ ਰੈਕਰਡਸ ਦੇ YouTube ਚੈਨਲ ਉੱਪਰ ਆਇਆ ਹੈ। ਗਾਣੇ ਦੇ ਟੀਜ਼ਰ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਵੀ ਦੇ ਦਿੱਤਾ ਜਾਵੇਗਾ, ਉੱਥੋਂ ਤੁਸੀਂ ਜਾ ਕੇ ਟੀਜ਼ਰ ਦੇਖ ਸਕਦੇ ਹੋ। ਇਸ ਤੋਂ ਬਾਅਦ ਗੱਲ ਕਰਦੇ ਜੀ ਪੰਜਾਬੀ ਸਿੰਗਰ ਆਰਨੇਟ ਦੀ, ਤਾਂ ਆਰਨੇਟ ਦੇ ਨਵੇਂ ਗਾਣੇ ਦਾ ਪੋਸਟਰ ਸ਼ੇਅਰ ਕੀਤਾ ਗਿਆ ਸੀ। ਗਾਣਾ ਆ ਚੁੱਕਾ ਹੈ ਜੀ, ਗਾਣੇ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਵੀ ਦੇ ਦਿੱਤਾ ਜਾਵੇਗਾ। ਗਾਣਾ ਆਰਨੇਟ ਦੇ YouTube ਚੈਨਲ ਉੱਪਰ ਆਇਆ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ ਜਸਵਿੰਦਰ ਬਰਾੜ ਦੀ, ਤਾਂ ਜਸਵਿੰਦਰ ਬਰਾੜ ਦੀ ਇੱਕ ਨਵੀਂ ਪੋਸਟ ਨਿਕਲ ਕੇ ਸਾਹਮਣੇ ਆਈ ਹੈ, ਜਿਸ ਵਿੱਚ ਉਹਨਾਂ ਨੇ ਸਿੱਧੂ ਮੂਸੇਵਾਲੇ ਦੇ ਲਈ ਜਸਟਿਸ ਦੀ ਮੰਗ ਕੀਤੀ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ ਗੁਰਲੇਜ਼ ਅਖਤਰ ਦੀ, ਤਾਂ ਕੁਝ ਦਿਨਾਂ ਪਹਿਲਾਂ ਗੁਰਲੇਜ਼ ਅਖਤਰ ਦੀ ਡਿਊਟ ਫਲੋ ਨਾਮ ਦੀ EP ਅਨਾਊਂਸ ਹੋਈ ਸੀ। ਇਸ EP ਵਿੱਚ ਉਹ 5 ਪੰਜਾਬੀ ਆਰਟਿਸਟਾਂ ਨਾਲ ਕੰਮ ਕਰਨਗੇ। ਇਹਨਾਂ 5 ਆਰਟਿਸਟਾਂ ਵਿੱਚੋਂ ਸੱਭਾ ਦੇ ਨਾਲ ਜੋ ਉਹਨਾਂ ਦੀ ਗਾਣੇ ਦੀ ਕਲੈਬ ਸੀ, ਉਸਦਾ ਪੋਸਟਰ ਸ਼ੇਅਰ ਕਰ ਦਿੱਤਾ ਗਿਆ ਹੈ। ਗਾਣਾ ਆਪਾਂ ਨੂੰ ਛੇਤੀ ਹੀ ਦੇਖਣ ਨੂੰ ਮਿਲੇਗਾ, ਗਾਣੇ ਦੀ ਕੋਈ ਐਗਜੈਕਟ ਡੇਟ ਨਹੀਂ ਦੱਸੀ ਗਈ ਹੈ। ਸੋ ਇਸ ਤਰ੍ਹਾਂ ਦੀਆਂ ਹੋਰ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਅਪਡੇਟ ਨਾਲ ਜੁੜੇ ਰਹਿਣ ਲਈ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਅਤੇ ਸ਼ੇਅਰ ਕਰੋ ਜੀ। ਐਂਡ ਥੈਂਕਸ ਫੋਰ ਵਾਚਿੰਗ।